ਤਤਰੀ ਇਹ ਕੱਲ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤਮੈ ਜੱਜ ਸਿੰਘ ਚਾਹਲ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਤੋਂ ਉਮੀਦਵਾਰ ਹਰਸਮਰਤ ਕੌਰ ਬਾਦਲ ਦੇ ਵੱਲੋਂ 50000 ਦੇ ਕਰੀਬ ਵੋਟਾਂ ਦੀ ਲੀਡ ਦੇ ਨਾਲ ਜਿੱਤ ਦਰਜ ਕੀਤੀ ਗਈ ਤਾਂ ਪੂਰੇ ਪੰਜਾਬ ਦੇ ਵਿੱਚ ਚਰਚਾ ਛਿੜ ਗਈ ਕਿ ਬਾਕੀ ਸੀਟਾਂ ਤੇ ਤਾਂ ਅਕਾਲੀ ਦਲ ਦੇ ਵੱਲੋਂ ਮੁਕਾਬਲਾ ਵੀ ਨਹੀਂ ਦਿੱਤਾ ਗਿਆ ਹਰਸਮਰਤ ਕੌਰ ਬਾਦਲ ਆਪਣੀ ਲੀਡ ਵਧਾ ਕੇ ਚੌਥੀ ਵਾਰ ਸੰਸਦ ਮੈਂਬਰ ਬਠਿੰਡਾ ਲੋਕ ਸਭਾ ਹਲਕੇ ਤੋਂ ਕਿਵੇਂ ਬਣ ਗਏ ਅਸੀਂ ਤੁਹਾਨੂੰ ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ ਦੇ ਬਾਰੇ ਜਾਣਕਾਰੀ ਦੇਣਾ ਜਾਰੀ ਹੇ ਆਕੇ ਕਿਹੜੇ ਕਿਹੜੇ ਵਿਧਾਨ ਸਭਾ ਹਲਕੇ ਦੇ ਵਿੱਚ ਕਿਸ-ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਤਾਂ ਜੋ ਤੁਹਾਨੂੰ ਵੀ ਅੰਦਾਜ਼ਾ ਹੋ ਸਕੇ ਕਿਉਂਕਿ 9 ਦੇ 9 ਐਮਐਲਏ ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇ ਇਸ ਦੇ ਬਾਵਜੂਦ ਹਰ ਸਮਰਤ ਕੋਰ ਬਾਦਲ ਨੇ ਕਾਫੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਉਹਨਾਂ ਦੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਹਰਾ ਦਿੱਤਾ ਅਤੇ ਇੱਕ ਹਲਕੇ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਵੀ ਜਿੱਤ ਗਈ ਹੈ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਸਭ ਤੋਂ ਪਹਿਲੇ ਆ ਸ਼ੁਰੂਆਤ ਕਰਦੇ ਆ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਥੋਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਗੁਰਮੀਤ ਸਿੰਘ ਖੁੱਡੀਆਂ ਨੇ ਹਰਾਇਆ ਸੀ ਗੁਰਮੀਤ ਖੁੱਡੀਆਂ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਸਨ ਅਤੇ ਲੰਬੀ ਵਿਧਾਨ ਸਭਾ ਹਲਕੇ ਦੇ ਵਿੱਚ ਹਰਾ ਦਿੱਤਾ ਹੈ ਹਰ ਸਮਰਤਕਰ ਬਾਦਲ ਨੇ ਗੁਰਮੀਤ ਖੁੱਡੀਆਂ ਆਪਣੇ ਹੀ ਵਿਧਾਨ ਸਭਾ ਹਲਕੇ ਤੋਂ ਹਾਰ ਦੇ ਦਿਖਾਈ ਦਿੱਤੇ ਨੇ 54000 337 ਵੋਟਾਂ ਪਈਆਂ ਹਰ ਸਿਮਰਤ ਕੌਰ ਬਾਦਲ ਨੂੰ ਅਤੇ ਸਿਰਫ 31073 ਵੋਟਾਂ ਹੀ ਲੰਬੀ ਵਿਧਾਨ ਸਭਾ ਹਲਕੇ ਤੋਂ ਗਰਮੀਤ ਸਿੰਘ ਖੁੱਡੀਆਂ ਨੂੰ ਪਈਆਂ ਨੇ 17000 371 ਵੋਟਾਂ ਪਈਆਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ 4416 ਵੋਟਾਂ ਪਈਆਂ ਪਰਮਪਾਲ ਕੌਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ 4876 ਵੋਟਾਂ ਆਜ਼ਾਦ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਸਿਰਫ 4876 ਵੋਟਾਂ ਦੇ ਨਾਲ ਹੀ ਸਬਰ ਕਰਨਾ ਪੈ ਗਿਆ ਹੈ ਕਹਿਣ ਦਾ ਮਤਲਬ ਇਹ ਹੈ ਕਿ ਲੰਬੀ ਵਿਧਾਨ ਸਭਾ ਹਲਕਾ ਆਪਣਾ ਹੈ ਗੁਰਮੀਤ ਸਿੰਘ ਖੁੱਡੀਆਂ ਦਾ ਅਤੇ ਆਪਣੇ ਹੀ ਵਿਧਾਨ ਸਭਾ ਹਲਕੇ ਤੋਂ ਹਾਰ ਗਏ ਨੇ ਗਰਮੀਤ ਸਿੰਘ ਖੁੱਡੀਆਂ ਲੰਬੀ ਤੋਂ ਬਾਅਦ ਗੱਲ ਪੁੱਛੋ ਮੰਡੀ ਦੀ ਕੀਤੀ ਜਾਵੇ ਤਾਂ ਇਥੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇਸ ਦੇ ਬਾਵਜੂਦ ਹਰ ਸਮਰਤ ਕੋਰ ਬਾਦਲ ਦੇ ਵੱਲੋਂ ਇਸ ਹਲਕੇ ਦੇ ਵਿੱਚ ਵੀ ਲੀਡ ਆ ਲਈ ਗਈ ਹੈ 46863 ਵੋਟਾਂ ਪਈਆਂ ਹਰ ਸਮਰਤ ਕੋਰ ਬਾਦਲ ਨੂੰ ਪੁੱਛੋ ਮੰਡੀ ਵਿਧਾਨ ਸਭਾ ਹਲਕੇ ਤੋਂ ਆਪ ਇਥੋਂ ਵੀ ਹਾਰ ਗਈ 32124 ਵੋਟਾਂ ਪਈਆਂ ਗੁਰਮੀਤ ਖੁੱਡੀਆਂ ਨੂੰ ਜੀਤ ਮਹਿੰਦਰ ਸਿੰਘ ਸਿੱਧੂ 22154 ਵੋਟਾਂ ਭਾਜਪਾ 10216 ਵੋਟਾ ਲਖਵੀਰ ਸਿੰਘ ਲੱਖਾ ਸਿਧਾਣਾ 11461 ਵੋਟਾ ਇਥੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਵੱਧ ਵੋਟਾਂ ਲੱਖਾ ਸਿਧਾਣਾ ਨੂੰ ਪਈਆਂ ਨੇ ਪਰ ਪੁੱਚੋ ਮੰਡੀ ਤੋਂ ਵੀ ਜਿੱਤ ਦਰਜ ਕੀਤੀ ਹੈ ਹਰ ਸਿਮਰਤ ਕੌਰਾ ਬਾਦਲ ਨੇ ਗੱਲ ਜੇਕਰ ਇਸ ਤੋਂ ਬਾਅਦ ਪੁੱਚੋ ਮੰਡੀ ਤੋਂ ਬਾਅਦ ਗੱਲ ਬਠਿੰਡਾ ਸ਼ਹਿਰੀ ਦੀ ਕੀਤੀ ਜਾਵੇ ਬਠਿੰਡਾ ਸ਼ਹਿਰੀ ਤੋਂ ਭਾਰਤੀ ਜਨਤਾ ਪਾਰਟੀ ਜਿੱਤ ਗਈ ਹੈ ਹਰਸਮਰਤ ਕੌਰ ਬਾਦਲ ਨੂੰ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿੱਚ ਪਰਮਪਾਲ ਕੌਰ ਨੇ ਹਰਾ ਦਿੱਤਾ ਏ ਹਰਸਮਰਤ ਕੌਰ ਬਾਦਲ ਨੂੰ ਵੋਟਾਂ ਪਈਆਂ 35769 ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਪਈਆਂ 32780 ਜੀਤ ਮਹਿੰਦਰ ਸਿੰਘ ਸਿੱਧੂ 30420 ਕਾਫੀ ਵੋਟਾਂ ਪਈਆਂ ਇੱਥੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਪਰ ਸਭ ਤੋਂ ਜ਼ਿਆਦਾ ਵੋਟਾਂ ਲੈ ਗਏ ਪਰਮਪਾਲ ਕੌਰ 36287 ਵੋਟਾਂ ਅਤੇ ਲੱਖਾ ਸੁਧਾਨਾ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਸਿਰਫ 3693 ਵੋਟਾਂ ਹੀ ਪਈਆਂ ਹਨ ਸ਼ਹਿਰੀ ਹਲਕਿਆਂ ਨੇ ਲੱਖਾਂ ਸਿਧਾਣਾ ਨੂੰ ਕੋਈ ਜ਼ਿਆਦਾ ਵੋਟਾਂ ਨਹੀਂ ਪਈਆਂ ਸ਼ਹਿਰੀ ਤੋਂ ਬਾਅਦ ਗੱਲ ਬਠਿੰਡਾ ਦਿਹਾਤੀ ਦੀ ਕਰੀਏ ਇਥੋਂ ਵੀ ਆਪ ਦੇ ਵਿਧਾਇਕ ਨੇ ਅਮਿਤ ਰਤਨ ਕੋਟ ਫਤਾ ਅਤੇ ਉਹਨਾਂ ਦੇ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਜਿੱਤ ਦਰਜ ਕੀਤੀ ਗਈ ਹੈ ਹਰਿ ਸਿਮਰਤ ਕੌਰ ਬਾਦਲ ਦੇ ਵੱਲੋਂ ਵੋਟਾਂ ਪਈਆਂ 41423 ਗੁਰਮੀਤ ਸਿੰਘ ਖੁੱਡੀਆਂ 30548 ਜੀਤਪ੍ਰਿੰਦਰ ਸਿੰਘ ਸਿੱਧੂ 18201 ਪਰਮਪਾਲ ਕੌਰ 451 7865 ਲੱਖਾ ਸਿਧਾਣਾ ਦੇਹਾਤੀ ਹਲਕਿਆਂ ਦੇ ਵਿੱਚ ਭਾਜਪਾ ਦੇ ਨਾਲੋਂ ਅੱਗੇ ਚੱਲਦੇ ਲੱਖਾ ਸਿਧਾਣਾ ਦਿਖਾਈ ਦਿੱਤੇ ਪਰ ਸ਼ਹਿਰੀ ਇਲਾਕਿਆਂ ਦੇ ਵਿੱਚ ਲੱਖਾ ਸਿਧਾਣਾ ਨੂੰ ਕੋਈ ਜ਼ਿਆਦਾ ਵੋਟਾਂ ਨਹੀਂ ਪਈਆਂ ਇਸ ਤੋਂ ਬਾਅਦ ਗੱਲ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਕਰੀਏ ਪ੍ਰੋਫੈਸਰ ਬਲਜਿੰਦਰ ਕੌਰ ਆਪ ਦੇ ਵਿਧਾਇਕਾ ਨੇ ਤਲਵੰਡੀ ਸਾਬੋ ਤੋਂ ਅਤੇ ਤਲਵੰਡੀ ਸਾਬੋ ਤੋਂ ਹੀ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੀ ਚੋਣਾ ਲੜਦੇ ਨੇ ਵਿਧਾਨ ਸਭਾ ਦੀਆਂ ਇੱਥੇ ਕੀ ਬਣਿਆ ਇੱਥੇ ਵੀ ਜਿੱਤ ਦਰਜ ਕੀਤੀ ਗਈ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੋਟਾਂ ਨਯਾ ਚੌਤੀ ਹਜ਼ਾਰ 45 ਵੋਟਾਂ 30762 ਗੁਰਮੀਤ ਸਿੰਘ ਖੁੱਡੀਆਂ ਜੀਤਮੇਂਦਰ ਸਿੰਘ ਸਿੱਧੂ ਇਥੋਂ ਵੀ ਤੀਜੇ ਨੰਬਰ ਤੇ ਰਹੇ ਆਪਣੇ ਹਲਕੇ ਤੋਂ ਜਿੱਥੋਂ ਚੋਣਾਂ ਲੜਦੇ ਨੇ ਤਲਵੰਡੀ ਸਾਬੋ ਤੋਂ ਉੱਥੇ ਵੀ ਸਿਰਫ ਉਹਨਾਂ ਨੂੰ 22631 ਵੋਟਾਂ ਹੀ ਪਈਆਂ ਪਰੰਪਰਿਕ ਕੌਰ ਭਾਜਪਾ 494 ਵੋਟਾਂ ਅਤੇ ਇਹ ਵੀ ਪਿੰਡਾਂ ਵਾਲਾ ਹਲਕਾ ਹੈ ਤਲਵੰਡੀ ਸਾਬੋ ਇਸ ਕਰਕੇ ਭਾਜਪਾ ਦੇ ਨਾਲੋਂ ਅੱਗੇ ਲੰਘ ਗਏ ਇਥੇ ਲੱਖਾ ਸਿਧਾਣਾ 8177 ਵੋਟਾਂ ਪਈਆਂ ਹਨ ਇਥੇ ਲੱਖਾ ਸਿਧਾਣਾ ਨੂੰ ਗੱਲ ਮੋੜ ਵਿਧਾਨ ਸਭਾ ਹਲਕੇ ਦੀ ਕਰੀਏ ਤਾਂ ਇੱਥੇ ਸੁਖਵੀਰ ਸਿੰਘ ਮੈਸਰ ਖਾਨਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਤੇ ਉਹ ਕੁਝ ਹੱਦ ਤੱਕ ਆਪ ਨੂੰ ਲੀਡ ਦਿਵਾਉਣ ਦੇ ਵਿੱਚ ਕਾਮਯਾਬ ਹੋਏ ਨੇ ਪਰ ਲੀਡ ਕੋਈ ਬਹੁਤੀ ਵੱਡੀ ਨਹੀਂ ਹੈ ਵੋਟਾਂ ਪਈਆਂ ਹਰ ਸਿਮਰਤ ਕੌਰ ਬਾਦਲ ਨੂੰ 34959 ਗੁਰਮੀਤ ਸਿੰਘ ਖੁੱਡੀਆਂ ਨੂੰ ਵੋਟਾਂ ਪਈਆਂ 35211 ਕੁਝ ਕੁ ਸੌ 2300 ਵੋਟ ਸਿਰਫ ਵੱਧ ਪਈ ਇਥੇ ਆਮ ਆਦਮੀ ਪਾਰਟੀ ਨੂੰ ਮੋੜ ਵਿਧਾਨ ਸਭਾ ਹਲਕੇ ਤੋਂ ਜੀਤ ਮਹਿੰਦਰ ਸਿੱਧੂ 17751 ਵੋਟਾਂ ਭਾਜਪਾ ਪਰਮਪਾਲ ਕੌਰ 8278 ਵੋਟਾਂ ਲੱਖਾ ਸਿਧਾਣਾ ਮੋੜ ਤੋਂ ਹੀ ਵਿਧਾਨ ਸਭਾ ਦੀ ਚੋਣਾਂ ਲੜੇ ਸਨ ਇਸ ਕਰਕੇ ਉਹਨਾਂ ਨੂੰ ਇੱਥੇ ਭਾਜਪਾ ਦੇ ਨਾਲੋਂ ਵੱਧ ਵੋਟਾਂ ਪਈਆਂ 13665 ਪਰ ਉਸ ਤਰੀਕੇ ਦੀਆਂ ਵੋਟਾਂ ਨਹੀਂ ਪਈਆਂ ਮੋੜ ਵਿਧਾਨ ਸਭਾ ਹਲਕੇ ਤੋਂ ਲੱਖਾ ਸਿਧਾਣਾ ਨੂੰ ਜਿਵੇਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਰੜੀ ਸਖਤ ਟੱਕਰ ਦਿੱਤੀ ਗਈ ਸੀ ਪਰ ਇਸ ਵਾਰ ਉਹ ਸਿਰਫ 13000 ਵੋਟਾਂ ਲੈਣ ਦੇ ਵਿੱਚ ਹੀ ਕਾਮਯਾਬ ਹੋ ਸਕੇ ਨੇ ਅੱਗੇ ਵਧਦੇ ਆ ਗੱਲ ਮਾਨਸਾ ਵਿਧਾਨ ਸਭਾ ਹਲਕੇ ਦੀ ਕਰਦੇ ਆ ਇਥੋਂ ਉਲਟ ਫੇਰ ਹੋ ਗਿਆ ਏ 41062 ਵੋਟਾਂ ਪਈਆਂ ਹਰ ਸਮਰਥਕ ਪਰ ਬਾਦਲ ਨੂੰ ਅਤੇ 4808 ਆਮ ਆਦਮੀ ਪਾਰਟੀ ਨੇ ਇੱਥੇ ਵੱਡੀ ਲੀਡ ਹਾਸਲ ਕੀਤੀ ਹੈ ਮਾਨ ਸਾਹਿਬ ਤੋਂ ਡਾਕਟਰ ਵਿਜੇ ਸਿੰਘਲਾ ਆਪ ਦੇ ਵਿਧਾਇਕ ਨੇ ਜਿਨ੍ਹਾਂ ਨੂੰ ਭਗਵੰਤ ਮਾਨ ਦੇ ਵੱਲੋਂ ਪ੍ਰੇਸ਼ਟਾਚਾਰੀ ਕਹਿ ਕੇ ਪੁਲਿਸ ਤੋਂ ਫੜਵਾ ਦਿੱਤਾ ਗਿਆ ਸੀ ਜੇਲ੍ਹ ਭਜਵਾ ਦਿੱਤਾ ਗਿਆ ਸੀ ਉਸ ਨੂੰ ਮਾਰਤ ਲੈ ਕੇ ਬਾਹਰ ਆ ਗਏ ਉਸ ਤੋਂ ਬਾਅਦ ਆਪਦੀ ਸਰਕਾਰ ਨੇ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੁਣ ਮਾਨਸੇ ਦੇ ਵਿੱਚ ਸਾਰੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਆਪ ਦੇ ਵੱਲੋਂ ਭਗਵੰਤ ਮਾਨ ਦੇ ਵੱਲੋਂ ਡਾਕਟਰ ਵਿਜੇ ਸਿੰਘਲਾ ਨੂੰ ਹੀ ਸੌਂਪੀ ਗਈ ਸੀ ਉਹਨਾਂ ਨੇ ਸਾਰਾ ਚੋਣ ਪ੍ਰਚਾਰ ਕੀਤਾ ਭਗਵੰਤ ਮਾਨ ਦੇ ਰੋਡ ਸ਼ੋਅ ਵੀ ਵਿਜੇ ਸਿੰਘਲਾ ਦੇ ਵੱਲੋਂ ਹੀ ਕਰਵਾਏ ਗਏ ਅਤੇ ਉਹ ਕਾਮਯਾਬ ਹੋ ਗਏ ਨੇ 7 ਕੁ ਹਜ਼ਾਰ ਦੇ ਆਸ-ਪਾਸ ਲੀਡ ਆ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਮਾਨਸੇ ਦੇ ਵਿੱਚ ਦਵਾ ਦਿੱਤੀ ਹੈ ਜੀਤ ਮਹਿੰਦਰ ਸਿੱਧੂ 23769 ਵੋਟਾਂ ਭਾਜਪਾ 16856 ਵੋਟਾਂ ਲੱਖਾ ਸਿਧਾਣਾ 11267 ਵੋਟਾਂ ਮਾਨਸਾ ਸ਼ਹਿਰ ਇਲਾਕਾ ਮੰਨਿਆ ਜਾਂਦਾ ਹੈ ਸ਼ਹਿਰੀ ਇਲਾਕਾ ਇਸ ਕਰਕੇ ਲੱਖਾ ਸਿਧਾਣਾ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਮਾਨਸਾ ਦੇ ਵਿੱਚ ਪਛੜਦੇ ਨਜ਼ਰ ਆ ਰਹੇ ਨੇ ਗੱਲ ਸਰਦੂਲਗੜ ਹਲਕੇ ਦੀ ਕਰੀਏ ਤਾਂ ਉਥੋਂ ਗੁਰਪ੍ਰੀਤ ਸਿੰਘ ਬਣਾਵਾਲੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅਤੇ ਡਾਕਟਰ ਵਿਜੇ ਸਿੰਘਲਾ ਦੇ ਵਾਂਗ ਉਹ ਵੀ ਕਾਮਯਾਬ ਹੋ ਗਏ ਆਮ ਆਦਮੀ ਪਾਰਟੀ ਨੂੰ ਲੀਡ ਦਿਵਾਉਣ ਦੇ ਵਿੱਚ ਹਰਸਮਨਤ ਕੌਰ ਬਾਦਲ ਨੂੰ ਸਰਦੂਲਗੜ ਵਿਧਾਨ ਸਭਾ ਹਲਕੇ ਤੋਂ ਵੋਟਾਂ ਪਈਆਂ 39338 ਗੁਰਮੀਤ ਖੁੱਡੀਆਂ ਨੂੰ ਆਪ ਨੂੰ ਵੋਟਾਂ ਪਈਆਂ 44474 ਵੋਟਾਂ ਜੀਤਮੇਂਦਰ ਸਿੰਘ ਸਿੱਧੂ 25619 ਵੋਟਾਂ 8526 ਪਰਮਪਾਲ ਕੌਰ ਭਾਜਪਾ ਲੱਖਾ ਸਦਾਣਾ 10126 ਵੋਟਾਂ ਭਾਜਪਾ ਦੇ ਨਾਲੋਂ ਲੱਖਾ ਸਦਾਣਾ ਇੱਥੇ ਵੀ ਵੱਧ ਵੋਟਾਂ ਲੈ ਚੁੱਕੇ ਨੇ ਗੱਲ ਜੇਕਰ ਆਖਰੀ ਵਿਧਾਨ ਸਭਾ ਹਲਕੇ ਦੀ ਕਰੀਏ ਬੁੜਲਾਡਾ ਦੀ ਜਿੱਥੋਂ ਦੇ ਆਪ ਦੇ ਵਿਧਾਇਕ ਹਨ ਕਾਰਜਕਾਰੀ ਪ੍ਰਧਾਨ ਆਪ ਦੇ ਪ੍ਰਿੰਸੀਪਲ ਬੁੱਧਰਾਮ ਆ ਤਾਂ ਉਹ ਵੀ ਲੀਡ ਦਿਵਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਇਥੋਂ ਵੀ ਹਰਸਮਰਤ ਕੋਰ ਬਾਦਲ ਹੀ ਅੱਗੇ ਰਹੇ ਨੇ ਵੋਟਾਂ ਪਈਆਂ ਹਰਸਮਰਤ ਕੋਰ ਬਾਦਲ ਨੂੰ 47223 ਆਪ ਨੂੰ ਪਈਆਂ 40039 ਵੋਟਾਂ ਜੀਤਮੇਂਦਰ ਸਿੰਘ ਸਿੱਧੂ ਕਾਂਗਰਸ ਦੇ ਵੱਲੋਂ 22943 ਵੋਟਾਂ પરંપાળ कौर 10331 વોટા લખા સિઢાણા 13092 વોટા ਇਸ ਤਰੀਕੇ ਦੇ ਹਾਲਾਤ ਰਹੇ ਇਹਨਾਂ ਲੋਕ ਸਭਾ ਬਠਿੰડા ਦੇ ਵਿધાનસભા ਹਲਕੇ ਜੋ 9 ਹਨ ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਤੇ ਹਰ ਸਮਰਤ कौर बादल ਨੇ ਬਾਜ਼ੀ ਮਾਰੀ ਹੈ ਇੱਕ ਤੇ ਬਠਿੰਡਾ ਸ਼ਹਿਰੀ ਤੇ ਭਾਜਪਾ ਜਿੱਤੀ ਹੈ ਅਤੇ ਬਾਕੀ ਜਿਹੜੇ ਨੇ ਉਹਨਾਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਲੀਡ ਲਈ ਗਈ ਹੈ ਜਿੱਤ ਦਰਜ ਕੀਤੀ ਗਈ ਹੈ ਲੱਖਾ ਸਿੰਘ ਸਿਧਾਣਾ ਕਿਸੇ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਜਿੱਤ ਨਹੀਂ ਸਕੇ ਇਸੇ ਕਰਕੇ ਹੀ ਉਹ 5ਵੇਂ ਨੰਬਰ ਤੇ ਪਹੁੰਚ ਗਏ ਪਹਿਲੇ ਨੰਬਰ ਤੇ ਰਹੇ ਹਰਸਮਰਤ ਕੋਰ ਬਾਦਲ ਦੂਜੇ ਨੰਬਰ ਤੇ ਗੁਰਮੀਤ ਖੁੱਡੀਆਂ ਤੀਜੇ ਨੰਬਰ ਤੇ ਰਹੇ ਕਾਂਗਰਸ ਪਾਰਟੀ ਦੇ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਚੌਥੇ ਨੰਬਰ ਤੇ ਭਾਜਪਾ ਦੇ ਵੱਲੋਂ ਪਰਮਪਾਲ ਕੌਰ ਪੰਜਵੇਂ ਨੰਬਰ ਤੇ ਲੱਖਾ ਸਿੰਘ ਸਿਧਾਣਾ ਰਹੇ ਨੇ ਨੌ ਵਿਧਾਨ ਸਭਾ ਹਲਕਿਆਂ ਦਾ ਹਾਲ ਅਸੀਂ ਤੁਹਾਨੂੰ ਦੱਸਿਆ ਹੈ ਜੋ ਬਠਿੰਡਾ ਦੀ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਸਾਹਮਣੇ ਆਇਆ ਕਿ ਆਖਰ ਹਰਸਮਰਤ ਕੋਰ ਬਾਦਲ ਦੇ ਵੱਲੋਂ ਕਿਹੜੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੱਧ ਵੋਟਾਂ ਲਈਆਂ ਗਈਆਂ ਜਿਸ ਦੇ ਨਾਲ ਉਹਨਾਂ ਨੇ ਜਿੱਤ ਦਰਜ ਕੀਤੀ ਹੈ ਜਾਣਕਾਰੀ ਦੇਣ ਦੀ ਕੋਸ਼ਿਸ਼ ਅਸੀਂ ਕੀਤੀ ਹੈ ਜੇਕਰ ਇਸੇ ਤਰ੍ਹਾਂ ਹੀ ਤੁਸੀਂ ਹਰ ਖਬਰ ਨੂੰ ਨਿਰਪੱਖਤਾ ਨਾਲ ਵੇਖਦੇ ਰਹਿਣਾ ਚਾਹੁੰਦੇ ਹੋ YouTube ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰਾ ਦਰੂਵਾਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ